जाऊंगा, लास्ट में जाऊंगा मैं। सुनने गाओ गाओ। जो गाना है मैंने अपने खुद लिखा हुआ, मैंने मतलब कि जो पेपर चलते हैं तो लड़के पेपर पे जाने देते हैं तो वो चैट करते रहते हैं, फिर पढ़ाई में जाने देते हैं, उस पर मैंने गाना लिख दिया था। गाँव आ रहे थे घर में मेरे, मैं खुद लिखा हुआ। वो एक पेपर आधी रेट छीटे आ गई, तो एफ बी ते आईडी तू बढ़ा गई, ओ कहीं पढ़े जाना साल का तू कुछ भी, फिर कहेगा तू फेल करा गई। ਉਹ ਕਹਿੰਦਾ ਭੁੱਲ ਜਾਂਦਾ ਡਰ ਮੈਨੂੰ ਪੇਪਰਾਂ ਦਾ, ਜਦੋਂ ਸੀਨੇ ਵਿੱਚ ਪਿਹਰਾਂ ਵਾਲੀ ਅੱਗ ਵਲਦੀ, ਇੱਕ ਹੱਥ ਵਿੱਚ ਪੈਨ ਮੁੰਡਾ ਜੱਕੀ ਵਿਰਦਾਣੀ, ਦੂਜੇ ਹੱਥ ਵਿੱਚ ਤੇਰੇ ਨਾਲ ਚੈਟ ਚੱਲਦੀ, ਇੱਕ ਹੱਥ ਵਿੱਚ ਪੈਨ ਮੁੰਡਾ ਜੱਕੀ ਵਿਰਦਾਣੀ, ਦੂਜੇ ਹੱਥ ਵਿੱਚ ਤੇਰੇ ਨਾਲ ਚੈਟ ਚੱਲਦੀ। ਉਹ ਇੱਕ ਪੇਪਰ ਚਨੇਰੀ ਜਿਹੀ ਛਾ ਗਈ, ਗਲਵੈਨੋਮੀਟਰ ਦੀ ਡਾਇਗ੍ਰਾਮ ਆ ਗਈ, ਰਾਤੀ ਤੇਰੇ ਨਾਲ ਕੀਤੀ ਜਿਹੜੀ ਚੈਟ ਸੀ, ਸਾਰੀ ਪੇਪਰ ਦੇ ਉੱਤੇ ਤੂੰ ਲਿਖਾ ਗਈ। ਉਹ ਕਹਿੰਦਾ ਕਿਹੜਾ ਕਰ ਜੂਗਾ ਫੇਲ ਸੋਣੀਏ ਨੀ, ਉਹ ਕਹਿੰਦਾ ਬੋਰਡ ਵਿੱਚ ਮਿੱਤਰਾਂ ਦੀ ਪਾਲੀ ਚੱਲਦੀ, ਇੱਕ ਹੱਥ ਵਿੱਚ ਪੈਨ ਮੁੰਡਾ ਜੱਕੀ ਵਰਦਾਣੀ, ਦੂਜੇ ਹੱਥ ਵਿੱਚ ਤੇਰੇ ਨਾਲ ਚੈਟ ਚੱਲਦੀ। ਉਹ ਮੁੰਡਾ ਮਾਡੇ ਵਾਲਾ ਖਰੀ ਹੱਸਣ ਆਉਂਦਾ ਨੀ, ਜਿਹੜੇ ਸੁਣਦੇ ਆ 5-7 ਹਜ਼ਾਰ ਨੀ, ਉਹ ਡੀਵੀਏ ਚ ਝੰਡੀ ਕੱਢ ਦੇਣੀਆਂ, ਹਾਲੇ ਹੋਰ ਲੈਣ ਦੇ ਤੂੰ ਮਸ਼ਹੂਰ ਨੀ, ਉਹ ਜਦੋਂ ਯਾਰਾਂ ਨਾਲ ਗੱਡੀ ਵਿੱਚ ਹੋਵੇਗੀ ਰੀਲ ਜੱਟ ਦੀ ਰਪੀਟ ਉੱਤੇ ਚੱਲਣੀ। ਉਹ ਇੱਕ ਹੱਥ ਵਿੱਚ ਪੈਨ ਮੁੰਡਾ ਜੱਗੀ ਵਰਦਾਣੀ, ਦੂਜੇ ਹੱਥ ਵਿੱਚ ਤੇਰੇ ਨਾਲ ਚੈ